अंगद लो जी, आपको मैंने बताया था कि हमने न्यू लाइन लिया है और लाइन पहुंच चुका है, ठीक है, और अभी इसको उतारने लगे हैं। तो जी गाइस, आज हम हंगर ले के जा रहे हैं सीधे अपने कार, हंगर जा रहे हैं, हंगर चढ़ के चल हंगर गयो, राइड कर लो थोड़ा। माशाल्लाह जी माशाल्लाह, साडा हंगर इस टाइम बहुत शरीफ बच्चा है, माशाल्लाह चेक करो किन्ना शरीफ बच्चा है। गड्डी जो आपे लात के थले आया सी, लो जी गाइस इस टाइम चेक करो बादशाह नाल हंगर किन्ना प्यार कर रहे हैं। इस टाइम बादशाह जी दे हंगर दी बहुत प्यारी सेटिंग हो चुकी है, इस टाइम हंगर बादशाह नाल प्यार कर रहे हैं। तो हुणे जाण लगे असीं अंदर अपने थले हंगर दे केज दे विच, ते हंगर नूं लै के जा रहे हैं अंदर वापस केज, क्योंकि हुण जाएगा ना थले। जरा हुण घर दा विजिट कर लिया हंगर ने, पता लग गया घर मेरा, चेक करो हंगर दी स्टाइल चेक करो। हंगर आ रहे लो जी गाइस, चेक करो का ये हमारा न्यू लाइन हंगर, और हमने ये हंगर रात को लेके आए हैं। ये कराची से पहुंचे इस्लामाबाद, ठीक है, पहले लाहौर पहुंचा, लाहौर से ये इस्लामाबाद आया, और अभी इसको हम नहाने लगे हैं। ये नहाएगा, इसको वॉश करेंगे, काफी स्मेल आ रही है, बदल कैसे रखा हुआ था मैंने, अभी इसको वॉश करेंगे हम। हाँ हंगर, हंगर तेरे तुम्हारे दांत है, दांत चेक करा, दांत चेक करा, है जी है, है, है दंद है, उठो। तो जी गाइस माशाल्लाह चेक करो हंगर कितना प्यारा लग रहा है, माशाल्लाह खलोता है इस टाइम बादशाह के नाल, चेक करो मस्तियां ने, चेक करो माशाल्लाह। आपने देखी शाम है न्याय, अंदर पंखा लगा है यार, तू क्यूट हंगर, हुन हंगर नु नवाया जाएगा, चेक करा नवा के तो आके, ओए होए बहुत आए, बहुत गंदा वे, बहुत गंदी स्मेल आ रही, क्योंकि ट्रैवल करके आया बहुत दूरों, ते हुण असीं इहनूं नवावांगे शैंपू करके ना, ते तां शैंपू करदे आ अपना डव डव, नाले डव शैंपू लगेगा, नाले कंडीशनर होएगा शैंपू नाल नाल, चेक करो। नेक्स्ट टाइम हंगर फिर रहे हुए, हंगर वास्ते डव शैंपू लैण वास्ते गए हुए ने, नाल ही आंदे ने ऐसा भाई इहनूं हंगर नूं नवाणगे, चेक करना मेरा हंगर शहजादा, हंगर शहजादा। इस टाइम आसा भाई लैके आ चुके ने शैंपू डव, ਤੇ ਨਾਲੇ ਲੈ ਕੇ ਗਏ ਪਾਣੀ, ਬਾਲਟੀ ਪਾਣੀ ਹੋਰ ਆ ਰਿਹਾ ਨਾਲ, ਇਹਦੇ ਉੱਤੇ ਪਹਿਲਾਂ ਲਾ ਕੇ ਨਾ ਪਾਣੀ ਥੋੜਾ ਜਿਹਾ ਪਾ ਕੇ ਕੰਡੀਸ਼ਨਰ ਨਾਲ ਉਧਰ ਰਗੜਿਆ ਜਾਏਗਾ, ਫਿਰ ਜਿਹੜੀ ਇਹਦੇ ਅੰਦਰ ਗੰਦਗੀ ਸਮੈਲ ਸਮੈਲ ਹੈ ਨਾ, ਸਾਰਾ ਕੁਛ ਇਹਦਾ ਦੂਰ ਹੋ ਜਾਏਗਾ ਹੁਣ, ਖੁਸ਼ਬੂਆਂ ਖੁਸ਼ਬੂਆਂ ਜੀ ਗਾਇਜ਼। ਹੁਣ ਆਸੋ ਭਾਈ ਇਸ ਟਾਈਮ ਉਹ ਬਾਲਟੀ ਨਾਲੇ ਤਾਂ ਹੰਗਰ ਪਾਣੀ ਪੀ ਰਿਹਾ, ਤੇ ਨਾਲੇ ਹੰਗਰ ਨੂੰ ਲੱਗੇਗੀ ਸ਼ੈਂਪੂ। ਇੱਕ ਵਾਰੀ ਲੋਤੀ ਬਾਦਸ਼ਾਹ ਸਾਹਿਬ, ਹਾਂ ਵੇਖੋ ਗਾਇਜ਼ ਪੂਰੀ ਲਾਈਨ ਬਣਾ ਤੀ ਬਾਦਸ਼ਾਹ ਨੇ, ਪੂਰੀ ਲਾਈਨ ਬਣਾ ਕੇ ਰੱਖਤੀ, ਡਰ ਗਈ ਡਰ ਗਈ ਡਰ ਗਈ ਡਰ ਗਈ। ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ, ਵਾਸ਼ ਹੋ ਰਿਹਾ, ਅੰਗਰ ਨਾਲੇ ਪਾਣੀ ਪੀ ਰਿਹਾ ਕਿੱਡੇ ਸਕੂਨ ਨਾਲ, ਨਾਲੇ ਸ਼ੈਂਪੂ ਕਰਾ ਰਿਹਾ, ਮਾਸ਼ਾਅੱਲਾ ਇੰਜ ਇੰਜੋਏ ਕਰ ਰਿਹਾ, ਖਲੋ ਕੇ ਗਰਮੀ ਵੀ ਐਵੇਂ, ਅਤੇ ਨਾਲੇ ਨਾਲੇ ਇਹਨਾਂ ਨੂੰ ਨਵਾਇਆ ਜਾ ਰਿਹਾ, ਕਿਉਂਕਿ ਗਰਮੀ ਜ਼ਿਆਦਾ, ਥੱਲੇ ਦੇ ਆਸੇ ਕੂਲਰ ਪੱਖਾ ਵੀ ਲੱਗਿਆ ਹੋਇਆ ਵੇ, ਚੈੱਕ ਕਰੋ ਨਵਾ ਰਹੇ ਨੇ, ਵਾਹ ਜੀ ਵਾਹ, ਕਿਆ ਬਾਤ ਹੈ ਕਿਆ ਬਾਤ ਹੈ, ਜ਼ਬਰਦਸਤ ਜ਼ਬਰਦਸਤ। ਬਾਦਸ਼ਾਹ ਸਾਹਿਬ ਹੋ ਕੇ ਆ ਗਏ ਨੇ ਰੈਡੀ,
ਇਹਨੂੰ ਥੱਲੇ ਲੈ ਕੇ ਜਾਣ ਵਾਸਤੇ ਕਿਉਂਕਿ ਪਾਣੀ ਬਹੁਤ ਸੀ, ਚੈੱਕ ਕਰੋ ਹੁਣ ਥੱਲੇ ਜਾਣ ਦੀਆਂ ਤਿਆਰੀਆਂ 'ਚ ਨੇ। ਬਾਦਸ਼ਾਹ ਦੀ ਤੇ ਹੰਗਰ ਦੀ ਐਸਟੀਮੈਂਟਰੀ ਹੋ ਰਹੀ ਹੈ। ਉਹ ਤੋਂ ਬਾਦਸ਼ਾਹ ਤੇ ਹੰਗਰ ਬਿਲਕੁਲ ਬਹੁਤ ਸੋਹਣੇ ਤਰੀਕੇ ਦੇ ਨਾਲ ਥੱਲੇ ਆਉਂਦੇ ਹੋਏ, ਮਾਸ਼ਾਅੱਲਾ ਪੌੜੀਆਂ ਲੱਥ ਰਿਹਾ ਹੰਗਰ। ਇੱਥੇ ਕਹਨੂੰ ਲੋ ਜੀ ਦਾ ਕਮਰੇ ਦੀ ਮੁੰਡਾ ਸਫਾਈ ਸਫੂਈ ਕਰ ਰਿਹਾ ਵੇ, ਤੇ ਹੰਗਰ ਨੂੰ ਜ਼ਰਾ ਬਾਹਰ ਦਰਵਾਜ਼ੇ ਦੇ ਕੋਲ ਬੰਦ ਹੈ, ਜ਼ਰਾ ਇੰਜੋਏ ਕਰੇ, ਚੈੱਕ ਕਰੋ ਨੇ। ਓ ਕਿਆ ਹੰਗਰ ਹੁਣ ਮਾਸ਼ਾਅੱਲਾ ਖੁਸ਼ਬੋਆਂ ਆ ਰਹੀਆਂ ਨੇ ਹੁਣ ਹੰਗਰ ਕੋਲੋਂ, ਖੁਸ਼ਬੋਆਂ ਅੱਗੇ ਤੇ ਹੰਗਰ ਕੋਲ ਇੰਨੀ ਬੋਆ ਆ ਰਹੀ, ਦਿੱਲੀ ਨਹੀਂ ਕਰਦੇ ਨਜ਼ਦੀਕ ਜਾਂਦੇ, ਹੁਣ ਤੇ ਨਹਾ ਕੇ ਆਇਆ, ਸ਼ੈਂਪੂ ਕਰਕੇ ਆਇਆ, ਟੁਈਆਂ ਮਾਰਦੇ ਟੁਈਆਂ। ਓਏ ਓਏ ਹੰਗਰ ਲੋ ਗਾਇਸ, ਆਪਨੇ ਦੇਖਾ ਹਮਨੇ ਲੇ ਨਿਊ ਲਾਈਨ ਲਿਆ, ਔਰ ਇਸਕੋ ਹਮਨੇ ਫਸਟ ਟਾਈਮ ਪਹਿਲੀ ਦਫਾ ਇੱਕ ਤੋਂ ਮੈਨੇ ਰਾਸ ਨਾਲ ਲੈ ਕੇ ਆਇਆ ਇਸਕੋ 2 ਵਜੇ, ਔਰ 2 ਵਜੇ ਹਮਨੇ ਇਸਕੋ ਅੰਦਰ ਬੰਦ ਕੀਆ। ਉਸਕੇ ਬਾਅਦ ਇਸਕੋ ਜਬ ਰਾਤ ਕੋ ਖੋਲਾ ਤੋ ਮੇਰੇ ਹਾਥ ਜਰਾ ਕੁਛ ਘੰਟਾ ਬਹੁਤ ਦੁੱਖ ਲਗਾ ਕਿ ਯਾਰ ਇੰਨੀ ਗੰਦਗੀ ਸ਼ੇਰ ਦਿੱਤੇ ਹੈ, ਤੇ ਯਾਰ ਜਿਸ ਲੋਕਾਂ ਨੂੰ ਸ਼ੇਰ ਸੰਭਾਲਣ ਦਾ ਉਹਨਾਂ ਰੱਖਣਾ ਵੀ ਨਹੀਂ ਚਾਹੀਦਾ, ਠੀਕ ਹੈ। ਤੇ ਬਕਾਇਆ ਸੁਬਾਹ ਉੱਠਦਿਆਂ ਨਾਲ ਹੀ ਜਿਹੜਾ ਨਾ ਕਿ ਇਹਨੂੰ ਸ਼ੈਂਪੂ ਕੀਤਾ, ਸ਼ੈਂਪੂ ਕਰਨ ਤੋਂ ਬਾਅਦ ਇਹਨੂੰ ਵਾਸ਼ ਕਰਕੇ ਸੋਹਣਾ ਮਾਸ਼ਾਅੱਲਾ ਸੋਹਣਾ। ਦੇਖੋ ਜੀ ਸ਼ੇਰ ਰੱਖਣਾ ਤਾਂ ਸ਼ੌਂਕ ਸ਼ੇਰ ਵਾਲੇ ਰੱਖੋ, ਗਿੱਦੜਾਂ ਵਾਲੇ ਨਾ ਰੱਖੋ, ਠੀਕ ਹੈ। ਸ਼ੇਰ ਸ਼ੇਰ ਹੁੰਦਾ ਤੇ ਸ਼ੇਰ ਆਪਣੇ ਸੰਤੁਲਨ ਤੋਂ ਪਛਾਣਿਆ ਜਾਂਦਾ, ਤੇ ਵੇਖੋ ਮੈਨੂੰ ਆਇਆ ਕਰਾਇਆ ਨਾ ਸੋਹਣਾ ਲੱਗੇਗਾ, ਕੋਈ ਬੰਦਾ ਆਏਗਾ ਨਾ ਤਿਆਰ ਟੱਚ ਕਰੇਗਾ ਨਾ ਤੁਹਾਨੂੰ ਵੀ ਅੱਛਾ ਲੱਗੇਗਾ, ਕਿਉਂਕਿ ਪਰ ਮੈਂ ਕਿੰਨੇ ਹੱਥ ਲਾ ਰਿਹਾ ਕੋਈ ਮੈਲ ਨਹੀਂ। ਉਹ ਤੁਹਾਨੂੰ ਤੁਸੀਂ ਵੀਡੀਓ ਫਸਟ ਦੇਖੋ ਤੇ ਨਾ ਸਟਾਰਟਿੰਗ ਤੇ ਰੱਖ ਬਹੁਤ ਜ਼ਿਆਦਾ ਗੰਦੇ ਨੇ, ਮੈਂ ਲੱਗੀ ਹੋਈ ਹੈ। ਤੇ ਬਕਾਇਆ ਤੁਹਾਨੂੰ ਮੇਰਾ ਮਾਈਂਡ ਕੈਸਾ ਲੱਗਾ, ਮੇਰਾ ਹੰਗਰ ਕੈਸਾ ਲੱਗਾ, ਹੰਗਰ ਠੀਕ ਹੈ ਤੋ ਕਮੈਂਟ ਮੇਂ ਲਾ ਦੇਣਾ, ਤਾਂ ਹੰਗਰ ਇਨਸ਼ਾਅੱਲਾ 1 ਮਹੀਨੇ ਮੇਂ ਯਕੀਨ ਬਣ ਜਾਏਗਾ। ਦਰਵਾਜ਼ਾ ਖੋ ਰਿਹਾ ਕਿ ਮੈਨੂੰ ਬੈਠ ਕੇ ਜਾ ਜੋ, ਇਹ ਜੈ ਮਾਸ਼ਾਅੱਲਾ ਸਾਡਾ ਘਰ ਹੈ, ਤੇ ਹੁਣ ਆਸਾ ਬਈ ਖੋਲ ਕੇ ਖਲੋਤੇ ਨੇ ਦਰਵਾਜ਼ਾ, ਤੇ ਅੰਗਰ ਮਜ਼ੇ, ਅੰਗਰ ਇੱਥੇ ਤੇ ਮਜ਼ੇ ਕਰ ਰਹੀ ਹੈ, ਮਾਸ਼ਾਅੱਲਾ ਚੈੱਕ ਕਰਾ ਜੀ ਅੰਗਰ ਦੇ ਕੰਮ। ਹੰਗਰ ਕੈਸਾ ਲਗਾ ਮੇਰਾ ਸ਼ੋਅ? ਬਹੁਤ ਅੱਛਾ ਜੀ, ਬਹੁਤ ਜ਼ਬਰਦਸਤ, ਮਾਸ਼ਾਅੱਲਾ ਬਹੁਤ ਪਿਆਰਾ।